ਸੁਣ ਲਓ ਯਾਰ, ਸਾਰਾ ਜਿਹੜਾ ਇਲਾਕੇ ਦੀ ਆਪ ਦੇਖਣ ਵਾਸਤੇ ਆਏ ਆ। ਮੈਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮੇਰੇ ਨਾਲ। ਅਚਾਨਕ ਬਾਰਿਸ਼ ਕਰਕੇ ਆ ਜਿਹੜਾ ਸੁਲਤਾਨਪੁਰ ਲੋਧੀ ਲੋਹੀਆਂ ਸ਼ਾਹਕੋਟ ਏਰੀਆ ਅਤੇ ਉੱਧਰ ਰੋਪੜ ਅਤੇ ਉੱਧਰ ਸਾਰੀ ਜਗ੍ਹਾ 'ਤੇ ਕਾਫੀ ਵੱਡਾ ਨੁਕਸਾਨ ਲੋਕਾਂ ਦਾ ਹੋਇਆ, ਜਨਤਾ ਦਾ, ਜ਼ਮੀਨਾਂ ਦਾ, ਫਸਲਾਂ ਦਾ ਵੀ ਨੁਕਸਾਨ ਹੋਇਆ, ਘਰਾਂ ਦਾ ਵੀ ਨੁਕਸਾਨ ਹੋਇਆ। ਤੋ ਅੱਜ ਅਸੀਂ ਇਕੱਠੇ ਆਏ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ, ਡਾਕਟਰਾਂ ਦੀ ਜਿੰਨੀ ਗੁਰੂ ਰਾਮਦਾਸ ਹੋਸਪਿਟਲ ਦੀ ਜਿਹੜੀ ਟੀਮ ਹੈ ਡਾਕਟਰਾਂ ਦੀ, ਸਾਰੀ ਇੱਥੇ ਪਹੁੰਚ ਗਈ ਹੈ। ਪਿੰਡ ਪਿੰਡ ਜਾ ਕੇ ਕਿਸੇ ਨੂੰ ਕੋਈ ਲੋੜ ਹੈ ਉਹ ਇੰਤਜ਼ਾਮ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕੱਠੇ ਹੋ ਕੇ ਅੱਜ ਲੰਗਰ ਦਾ ਪ੍ਰਬੰਧ, ਜਿੱਥੇ ਜਿੱਥੇ ਨਗਰ ਜਾ ਕੇ ਵੈਨਾਂ 'ਚ ਲੰਗਰ ਵਰਤਾ ਰਹੇ ਹੈ। ਅਤੇ ਅਸੀਂ ਕੱਲ੍ਹ, ਮੈਨੂੰ ਟੈਲੀਫੋਨ ਆਇਆ ਸੀ ਯੂਨੀਅਨ ਹੋਮ ਫੂਡ ਪ੍ਰੋਸੈਸਿੰਗ ਮਿਨਿਸਟਰ ਸਿਮਰਤ ਬਾਦਲ ਦਾ, ਉਹਨਾਂ ਨੇ ਵੀ ਆਪਣੇ ਪ੍ਰੋਸੈਸਡ ਫੂਡ ਦੇ 10 ਟਰੱਕ ਕੱਲ੍ਹ ਭੇਜ ਰਹੇ ਆ ਜਿੱਥੇ ਆਪਣੀ ਸੰਗਤਾਂ ਨੂੰ ਕਿਸੇ ਦੀ ਲੋੜ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਕਿ ਜਿਹੜੀ ਲੋਕਾਂ ਦਾ ਨੁਕਸਾਨ ਹੋਇਆ, ਘੱਟ ਤੋਂ ਘੱਟ 20-25 ਹਜ਼ਾਰ ਰੁਪਇਆ ਇੱਕ ਕਿੱਲੇ ਦਾ ਮੁਆਵਜ਼ਾ, 25,000 ਰੁਪਏ ਘੱਟ ਤੋਂ ਘੱਟ ਖਰਚਾ ਉਹਨਾਂ ਦਾ ਪੂਰਾ ਹੋ ਸਕੇ, ਇੰਨਾ ਨੁਕਸਾਨ ਹੋਇਆ ਉਹ ਇਮੀਡੀਏਟਲੀ ਦੇ। ਬਾਕੀ ਆ ਜਿਹੜੇ ਬੰਦ ਨੂੰ ਪੱਕਾ ਕਰਨ ਵਾਸਤੇ ਜੀ ਕੋਈ ਪੱਕੇ ਇੰਤਜ਼ਾਮ ਕਰਨ, ਅਫਸੋਸ ਇਸ ਗੱਲ ਦਾ ਕਿ ਆ ਵੱਡਾ ਕਾਰਨ ਹੈ ਜਿਹੜਾ ਇੱਕ ਤਾਂ ਬੰਦ ਟੁੱਟਿਆ, ਇਲੀਗਲ ਮਾਈਨਿੰਗ ਜਿਹੜੀ ਹੈ ਸਰਕਾਰ ਦੇ ਰਾਹੀਂ ਹੋ ਰਹੀ ਹੈ, ਉਹਦੇ ਨਾਲ ਐਡੇ ਵੱਡੇ ਬੰਦ ਤੋੜੇ ਜਾ ਰਹੇ ਆ। ਲੋਕ ਜਿਹੜੇ ਸਮੱਗਲਰ ਹੈ, ਜਿਹੜੇ ਜੇ ਮਾਈਨਿੰਗ ਕਰਨ ਮਾਫੀਆ ਹੈ, ਉਹਨਾਂ ਨੇ ਸਾਰਾ ਹੀ ਸਿਸਟਮ ਹਿਲਾਤਾ ਆਪਣੇ ਨਹਿਰਾਂ ਦਾ, ਨਦੀਆਂ ਦਾ, ਕਿਉਂਕਿ ਸਾਰਾ ਇਲੀਗਲ ਮਾਈਨਿੰਗ ਹੋ ਰਹੀ ਹੈ। ਅਤੇ ਹੁਣ ਕੀ ਹੋਇਆ, ਮੀਂਹ ਪਏ ਅਤੇ ਉਹਦੇ ਕਰਕੇ ਸਾਰੇ ਬੰਦ ਟੁੱਟ ਗਏ। ਦੂਜੀ ਗੱਲ, ਕੈਪਟਨ ਸਾਹਿਬ ਦੀ ਸਰਕਾਰ ਨੂੰ ਪਹਿਲੇ ਦੇਖਣਾ ਚਾਹੀਦਾ ਸੀ, ਜੋ ਬਾਦਲ ਸਾਹਿਬ ਮੁੱਖ ਮੰਤਰੀ ਸੀ, 3 ਮਹੀਨੇ ਪਹਿਲੇ ਹੀ ਬਰਸਾਤਾਂ ਤੋਂ ਹਰ ਸਾਲ ਮੀਟਿੰਗ ਕਰਦੇ ਸੀ, ਅਤੇ ਉਹ ਮੀਟਿੰਗ ਦੇ ਬਾਅਦ ਉਹ ਦੇਖ ਦਿੰਦੇ ਜਿੱਥੇ ਇੱਥੇ ਲੋੜ ਆ ਉੱਥੇ ਪੈਸਾ ਪਹਿਲੇ ਭੇਜ ਦਿੰਦੇ ਸੀ, ਤਾਂ ਹੀ ਦੇਖੋ ਇੰਨੇ ਸਾਲ ਬਚਾਅ ਹੁੰਦਾ ਰਿਹਾ। ਪਰ ਅਫਸੋਸ ਇਸ ਗੱਲ ਦਾ ਹੈ, ਮੈਂ ਅੱਜ ਕਹਿਣਾ ਵੀ ਨਹੀਂ ਚਾਹੁੰਦਾ ਕਿਉਂਕਿ ਸਮਾਂ ਇਸ ਗੱਲ ਦੀ ਗੱਲ ਕਰਨ ਦੀ ਲੋੜ ਨਹੀਂ ਹੈ, ਪਰ ਫਿਰ ਵੀ ਮੈਂ ਮਜਬੂਰ ਕਹਿ ਰਿਹਾ ਕਿ ਹੁਣ ਵੀ ਉਹ ਤਿਆਰੀ ਰੱਖਣ, ਵਿਸ਼ਵ ਬੈਂਕ ਦੇ ਨਾਲ ਪਲੈਨਿੰਗ ਕਰ ਰਹੇ ਹਾਂ ਵੀ ਹੁਣ ਜਿਹੜੇ ਪੰਜਾਬ ਦੀਆਂ ਨਦੀਆਂ ਜਾਂ ਦਰਿਆ ਨੇ ਉੱਥੋਂ ਅਲਾਈਨਮੈਂਟ ਕਰਾਂਗੇ, ਚੈਨਲਾਈਜ਼ ਕਰਾਂਗੇ, ਅੱਜ ਇਹ ਅਨਾਊਂਸਮੈਂਟ ਕਰਕੇ ਨੇ। ਸਿਆਸਤ ਝੂਠੇ ਵਾਅਦੇ ਨਾ ਕਰ, ਪ੍ਰੈਕਟੀਕਲੀ ਗੱਲ ਕਰ। 2.5 ਸਾਲ ਬਾਅਦ ਜਾਗੇ ਆ, 2.5 ਸਾਲ ਪਹਿਲੇ ਜਾਗਦੇ ਆ, ਹੁਣ ਵੀ ਜੇ ਜਾਗੇ ਤਾਂ ਜਾਗ ਲੈਣ ਤੇ ਕੋਈ ਨਾ ਕੋਈ ਕਰਦਾ। ਸਰਕਾਰ ਨੇ 10 ਸਟੇਟਾਂ ਦੀ ਸੂਚੀ ਬਣਾਈ ਹੈ, ਉਸ ਚ ਪੰਜਾਬ ਦਾ ਨਾਮ ਨਹੀਂ ਸ਼ਾਮਲ ਹੈ। ਸੂਚੀ ਬਣਾਈ ਹੈ ਹਰ ਪੀੜਤਾਂ ਦੀ, ਹਰ ਪ੍ਰਭਾਵਿਤ। ਮੈਂ ਦੌਰਾ ਕਰ ਲਿਆ, ਸੈਂਟਰ ਸਰਕਾਰ ਤਰਫੋਂ 1,00,000,000 ਰੁਪਏ ਨੈਸ਼ਨਲ ਡਿਜ਼ਾਸਟਰ ਰਿਲੀਫ ਦੇ ਹਰ ਸੂਬੇ ਨੂੰ ਦਿੱਤੇ ਜਾਂਦੇ ਆ, ਉਹ ਸੂਬੇ ਦੇ ਖਜ਼ਾਨੇ 'ਚ ਹੈ। ਸੋ ਉਹ ਪੈਸਾ ਇਮੀਡੀਏਟਲੀ ਇਹਨਾਂ ਨੂੰ ਖਰਚਣਾ ਚਾਹੀਦਾ। ਆ ਪੈਸਾ ਸੈਂਟਰ ਤੋਂ ਆਉਂਦਾ ਨੈਸ਼ਨਲ ਕਲੈਮਿਟੀ ਰਿਲੀਫ ਦਾ। ਸੋ ਆਹ ਜਿਹੜਾ ਪ੍ਰਪੋਜ਼ਲ ਹੈ ਪੰਜਾਬ ਸਰਕਾਰ ਭੇਜੂਗੀ, ਡਿਕਲੇਅਰ ਕਰੂਗੀ ਨੈਸ਼ਨਲ ਕਲੈਮਿਟੀ, ਫਿਰ ਜੋ ਪ੍ਰਪੋਜ਼ਲ ਫਿਰ ਗਵਰਨਮੈਂਟ ਆਫ ਇੰਡੀਆ, ਇਹਦਾ ਮਤਲਬ ਹੈ ਪੰਜਾਬ ਸਰਕਾਰ ਸੁੱਤੀ ਹੈ, ਉਹਨੇ